ਗੁੱਡ ਈਵਨਿੰਗ ਜੀ ਔਰ ਗੱਲ ਕਰਾਂਗੇ ਅੱਜ ਦੇ ਲੈਕਚਰ ਦੇ ਵਿੱਚ 12 ਨਾਲ ਸੰਬੰਧਿਤ ਜਿਹੜੇ ਕੁਐਸਚਨ ਪੰਜਾਬੀ ਮਾਸਟਰਗੇਟ ਦੇ ਨਾਲ ਸਵੰਤ ਤੁਹਾਡੇ ਨਾਲ ਲੈ ਕੇ حاضر ਹੋਏ ਆਂ ਔਰ ਇਸ ਤੋਂ ਪਹਿਲਾਂ ਲਗਭਗ 20 3+8 ਲੈਕਚਰ ਕੈਸਾ ਆਪਾਂ ਬਣ ਚੁੱਕੇ ਨੇ ਔਰ ਅੱਜ ਦਾ ਲੈਕਚਰ ਜਿਹੜਾ ਤੁਹਾਡੇ ਲਈ ਬਹੁਤ ਟਾਈਮ ਰਹੇਗਾ ਜਿਸ ਦੇ ਵਿੱਚ ਪੰਜਾਬੀ ਮਾਸਟਰਗੇਟ ਲਈ 12 ਨਾਲ ਜਿੰਨੇ ਇੰਪੋਰਟੈਂਟ ਕੁਐਸਚਨ ਹੈਗੇ ਉਹ ਤੁਹਾਨੂੰ ਕਰਾਏ ਜਾਣਗੇ ਔਰ ਵਨ ਲਾਈਨ ਕੁਐਸਚਨ ਰਹਿਣਗੇ ਔਰ 5000 ਕੁਐਸਚਨ ਦੀ ਸੀਰੀਜ਼ ਚੱਲ ਰਹੀ ਹੈ ਜਿੰਨੇ ਚੈਨਲ ਤੇ ਫਸਟ ਟਾਈਮ ਪੋਸਟ ਕਰਿਆ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਪੰਜ ਹਰ ਕੁਆਚਨ ਜਿਹੜੇ ਪੇਪਰ ਮਾਸਟਰਗੇਟ ਐਗਜ਼ਾਮ ਪੰਜਾਬੀ ਤੋਂ ਪਹਿਲਾਂ ਕਰਾ ਦਿੱਤੇ ਜਾਣ ਔਰ ਐਸਐਸਟੀ ਮਾਸਟਰਗੇਟ ਦੀ ਤਿਆਰੀ ਜਲਦੀ ਹੀ ਇੱਕ ਦੋ ਦਿਨਾਂ ਵਿੱਚ ਸਟਾਰਟ ਕਰਨ ਲੱਗੇ ਆ। ਦੇਖਦੇ ਆ ਅੱਜ ਦਾ ਫਰਸਟ ਕੁਐਸਚਨ ਕੀ ਹੋਏਗਾ। ਗੱਲ ਕੀਤੀ ਹੈ ਬਸ ਸਭ ਤੋਂ ਪਹਿਲਾ ਕੁਐਸਚਨ ਹੋਗਾ। ਸਤੋਵਧ 12 ਕਿਹੜੇ ਕਾਲ ਵਿੱਚ ਰਚੀਆਂ ਗਈਆਂ? ਤਾਂ ਮੱਧ ਕਾਲ ਵਿੱਚ ਸਭ ਤੋਂ ਵੱਧ 12 ਰਚੀਆਂ ਗਈਆਂ। ਨੈਕਸਟ ਕਿੰਨੀ ਕਿਸਮ ਦੀਆਂ 12 ਮਿਲਦੀਆਂ ਹਨ? ਦੇਖੋ ਦੁਨਿਆਵੀ 12 ਮਿਲਦੀਆਂ ਨੇ ਦੋ ਕਿਸਮ ਦੀਆਂ ਮਿਲਦੀਆਂ ਨੇ ਇੱਕ ਅਧਿਆਤਮਕ ਅਧਿਆਤਮਕ ਤੁਹਾਨੂੰ ਪਤਾ ਹੀ ਹੈ ਕਿ ਜੋ ਧਾਰਮਿਕ ਹੁੰਦੀਆਂ ਠੀਕ ਹੈ ਗੁਰੂਆਂ ਨਾਲ ਜੁੜੀਆਂ ਹੋਈਆਂ ਨੈਕਸਟ ਪੰਜਾਬੀ ਦੀਆਂ ਕੁੱਲ ਕਿੰਨੀਆਂ ਲੋਕ 12 ਮਿਲਦੀਆਂ ਪੰਜਾਬੀ ਦੀਆਂ ਕੁੱਲ ਕਿੰਨੀਆਂ ਲੋਕ 12 ਮਿਲਦੀਆਂ ਤਾਂ 6 ਨੈਕਸਟ ਮੱਧ ਕਾਲ ਵਿੱਚ ਕੁੱਲ ਕਿੰਨੀਆਂ ਲੋਕ 12 ਰਚੀਆਂ ਗਈਆਂ 3 ਨੈਕਸਟ ਪੰਜਾਬੀ ਦੀਆਂ ਲੋਕ 12 ਦੇ ਨਾਂ ਆਪਨ ਪਤਾ ਹੀ ਕਿ ਪੰਜਾਬੀ ਦੀਆਂ ਲੋਕਵਾਰਾਂ ਨੇ ਕੁਝ ਰਾਏ ਕਮਾਲ ਮਾਜ਼ ਦੀ ਵਾਰ ਅ ਅ ਸ਼ਿਕੰਦਰ ਇਮਰਾਇਮ ਦੀ ਵਾਰ ਹਸਨੇ ਮਹਿਮੇ ਦੀ ਵਾਰ ਮਲਕ ਮਰੀਦ tatha ਚੰਦਰ ਹੜਾ ਦੀ ਵਾਰ ਸੋਹੀ ਦੀ ਸੋਈਆ ਦੀ ਵਾਰ ਰਾਣੀ ਕਲਾਸ tatha ਮਾਲਦੀਪ ਦੀ ਵਾਰ ਟੁੰਡੇ ਅਸਰਜੇ ਦੀ ਵਾਰ ਲੱਲਾ ਬਹਿਲੀਮਾ ਦੀ ਵਾਰ ਮੂਸੇ ਦੀ ਵਾਰ ਜੋਦੇ ਵੀਰ ਵੀਰੇਪੂਰ ਬਾਣੀ ਦੀ ਵਾਰ ਨੈਸਟ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੀਆਂ 12 ਦਰਜ ਹਨ 22 ਅਧਿਆਤਮਕ 12 ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਜੋ ਕਿ ਗੁਰੂਆਂ ਦੁਆਰਾ ਜਿਹੜੀਆਂ ਗਾਈਆਂ ਗਈਆਂ ਔਰ ਇਸ ਤੋਂ ਇਲਾਵਾ ਕੁਝ 12 ਜਿਹੜੀਆਂ ਕਹਿ ਸਕਦੇ ਆਪਾਂ ਹੋਰ ਵੀ ਹੈਗੀਆਂ ਕਾਫੀ ਜ਼ਿਆਦਾ ਪਾਈ ਗਰਦਾਸ ਜੀ ਨੇ ਕੁੱਲ ਕਿੰਨੀਆਂ 12 ਲਿਖੀਆਂ 38 12 ਲਿਖੀਆਂ ਨੈਕਸਟ ਰਾਈ ਕਮਾਲ ਮੌਜ਼ ਦੀ ਵਾਰ ਕਿਸ ਦੀ ਟੱਕਰ ਹੈ ਤਾਂ ਰਾਈਟ ਆਨਸਰ ਹੋਏਗਾ ਰਾਇ ਕਮਾਲਦੀ ਮੌਜ ਦੀ ਚਾਚੇ ਭਤੀਜੇ ਦੀ ਟੱਕਰ ਇਸ ਦੇ ਵਿੱਚ ਹੈ ਨੈਕਸਟ ਸ਼ਿਕੰਦਰ ਇਮਬਰਾਇਮ ਦੀ ਵਾਰ ਕਿਸ ਵਿਚਕਾਰ ਟੱਕਰ ਹੈਗੀ ਹੈ ਤਾਂ ਇਸ ਦੇ ਵਿੱਚ ਬਿਲਕੁਲ ਬਾਦ ਦੇ ਨਾਮ ਤੋਂ ਹੋਈ ਜਿਹੜਾ ਸਪਸ਼ਟ ਹੁੰਦਾ ਹੈ ਕਿ ਸ਼ਿਕੰਦਰ ਤੇ ਇਮਬਰਾਇਮ ਲੋਧੀ ਦੀ ਇਸ ਦੇ ਵਿੱਚ ਗੱਲ ਕੀਤੀ ਗਈ ਆ ਇਸ ਵਾਰ ਦੇ ਵਿੱਚ ਨੈਕਸਟ ਲੱਲਾ ਬਹਿਲੀਮਾ ਦੀ ਵਾਰ ਕਿਸ ਟੱਕਰ ਵਿਚਕਾਰ ਹੈਗੀ ਹੈ ਤਾਂ ਇਸ ਦੇ ਵਿੱਚ ਪਾਣੀ ਦੇ ਕਾਰਨ ਕਿਆ ਸਦੈ ਲੱਲਾ ਤੇ ਬਹਿਲੀਮਾ ਵਿਚਕਾਰ ਇੱਕ ਵਾਰ ਹੈਗੀ ਹੈ ਤਾਂ ਇਹ ਜਿਹੜੀ ਪਾਣੀ ਦੇ ਕਾਰਨ ਕਰਕੇ ਜਿਹੜੀ ਵਾਰ ਮੰਨੀ ਜਾਂਦੀ ਹੈ ਨੈਕਸਟ ਹਸਨੇ ਮਹਿਮੇ ਦੀ ਵਾਰ ਵਿੱਚ ਟੱਕਰ ਕਿਸ ਵਿਚਕਾਰ ਹੈ ਦੋ ਰਾਜਪੂਤ ਸਰਦਾਰਾਂ ਵਿਚਕਾਰ ਆਪਸੀ ਈਰਖਾ ਦੇ ਕਾਰਨ ਜਿਹੜੀ ਹਸਨੇ ਮਹਿਮੇ ਦੀ ਵਾਰ ਜਿਹੜੀ ਲਿਖੀ ਗਈ ਹੈ ਦੋ ਰਾਜਪੂਤ ਸਰਦਾਰਾਂ ਦੇ ਵਿਚਕਾਰ ਈਰਖਾ ਦੀ ਟੱਕਰ ਹੈਗੀ ਹੈ ਨੈਕਸਟ ਲੋਕਬਾਰਾਂ ਦਾ ਮੁੱਖ ਵਿਸ਼ਾ ਕੀ ਹੈ ਜਿਹੜੀਆਂ ਵੀ ਲੋਕਬਾਰਾਂ ਨੇ ਉਹਨਾਂ ਦਾ ਮੁੱਖ ਵਿਸ਼ਾ ਜਰ ਜੋਰੂ ਤੇਜਮੀ ਯਾਰ ਜੋਰੂ ਤੇਜਮੀ ਨੈਕਸਟ ਪੰਜਾਬੀ ਦੀ ਸਭ ਤੋਂ ਉਤਕ੍ਰਿਸ਼ਟ ਬਾਹਰ ਰਚਨਾ ਕਿਹੜੀ ਹੈ ਪੰਜਾਬੀ ਦੀ ਸਭ ਤੋਂ ਉਤਕ੍ਰਿਸ਼ਟ ਚੰਡੀ ਦੀ ਬਾਹਰ ਬਹੁਤ ਇੰਪੋਰਟੈਂਟ ਹੈਗਾ ਤੁਹਾਨੂੰ ਪਤਾ ਹੈ ਕਿ ਚੰਡੀ ਦੀ ਬਾਹਰ ਕਿੰਨਾ ਦੁਆਰਾ ਲਿਖੀ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀ ਗਈ ਚੰਡੀ ਦੀ ਬਾਹਰ ਦਾ ਮੂਲ ਸਰੋਤ ਕਿਹੜਾ ਹੈ ਤੁਹਾਨੂੰ ਪਤਾ ਵੀ ਜਿਹੜਾ ਮਾਰਕੰਡਾ ਪ੍ਰਾਣ ਇਸ ਦਾ ਮੂਲ ਸਰੋਤ ਮੰਨਿਆ ਜਾਂਦਾ ਹੈ ਇੱਕ ਕਿਸ ਛੰਦ ਵਿੱਚ ਲਿਖੀ ਗਈ ਬਹੁਤ ਇੰਪੋਰਟੈਂਟ ਹੈਗਾ ਸਿਰਖੰਡੀ ਛੰਦ ਦੀ ਬਾਤ ਹੈਗੀ ਹੈ ਸਿਰਖੰਡੀ ਛੰਦ ਦੇ ਵਿੱਚ ਲਿਖੀ ਗਈ ਹੈ ਔਰ ਤੁਹਾਨੂੰ ਪਤਾ ਚੰਡੀ ਦੀ ਬਾਤ ਦਾ ਬੇਸ਼ੱਕ ਕੀ ਹੈਗਾ ਪ੍ਰੋਪਰ ਸਾਰਾ ਕੁਝ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਨੈਕਸਟ ਇਹਦੇ ਆ ਔਰ ਨੈਕਸਟ ਕੁਐਸਚਨ ਰਹੇਗਾ ਚੰਡੀ ਦੀ ਬਾਤ ਸ਼ੁਰੂ ਕਿਵੇਂ ਹੁੰਦੀ ਹੈ ਮੰਗਲਾ ਚਰਨ ਨਾਲ ਕਿਵੇਂ ਸ਼ੁਰੂ ਹੁੰਦੀ ਹੈ ਮੰਗਲਾ ਚਰਨ ਚੰਡੀ ਦੀ ਬਾਤ ਦੀਆਂ ਵਿਸ਼ੇਸ਼ਤਾਵਾਂ ਇਸ ਦੇ ਵਿੱਚ ਕੀ ਵਿਸ਼ੇਸ਼ਤਾਵਾਂ ਨੇ ਸਭ ਤੋਂ ਪਹਿਲਾਂ ਕਾਵ ਨਿਆਸ ਦੇ ਵਿੱਚ ਟੁਕਮੇ ਅਲੰਕਾਰ ਵਰਤੇ ਗਏ ਬੀ ਦਸੀ ਸ਼ਬਦਾਵਲੀ ਤੇ ਬਾਜੂ ਮੰਡਲ ਹੈਗਾ ਔਰ ਨੈਕਸਟ ਕੁਐਸਚਨ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਡਾ ਦੂਸਰਾ ਚੈਨਲ ਹੈ HR एग्जाम ਸਟਡੀ ਔਰ ਜਿਸ ਤੇ ਤੁਹਾਨੂੰ ਟੌਪਿਕ ਬਾਦ ਜਿਵੇਂ ਆਧੁਨਿਕ ਕਾਵ ਗੁਰਮਤ ਕਾਵ ਸੂਫੀ ਕਾਵ ਸਾਰੇ ਹੀ ਟੌਪਿਕ ਬਾਦ ਤੁਹਾਨੂੰ ਸਲੀਪਸ ਜਿਹੜਾ ਕਵਰ ਕਰਾਇਆ ਜਾ ਰਿਹਾ ਪੰਜਾਬੀ ਮਾਸਟਰ ਕੈਟਾ ਦਾ ਔਰ ਉਸ ਚੈਨਲ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਔਰ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਸਾਰੇ ਹੀ ਲੈਕਚਰ ਦੇਖਦੇ ਹੋ ਪ੍ਰੋਪਰ ਜਿਹੜੀ ਤਿਆਰੀ ਤੁਸੀਂ ਕਰ ਸਕਦੇ ਹੋ ਪੰਜਾਬੀ ਮਾਸਟਰ ਕੈਟਾ ਦੀ ਐਂਡ ਔਰ ਜਿਕਰ ਗੱਲ ਕੀਤੀ ਵੀ ਜਿਹੜੇ ਕੁਐਸਚਨ ਤੂੰ ਨੇ ਕਰਾਏ ਜਿਹੜਾ 5000 ਕੁਐਸਚਨ ਸੀਰੀਜ਼ ਜੇਕਰ ਇਹਨਾਂ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਔਰ ਤੁਹਾਨੂੰ ਡਿਸਕ੍ਰਿਪਸ਼ਨ ਬਾਕ ਵਿੱਚ ਲਿੰਕ ਮਿਲ ਜਾਏਗਾ ਪੀਡੀਐਫ ਕੇ ਮੇ ਤੁਸੀਂ ਪ੍ਰਾਪਤ ਕਰਨਾ ਹੈਗਾ ਚਲੋ ਨੈਕਸਟ ਦੇਖ ਲੈਨੇ ਆ ਨੈਕਸਟ ਕੁਐਸਚਨ ਹੋਏਗਾ ਚੰਡੀ ਦੀ ਬਾਹਰ ਦੀਆਂ ਕੁੱਲ ਕਿੰਨੀਆਂ ਪੌੜੀਆਂ ਚੰਡੀ ਦੀ ਬਾਹਰ ਦੀਆਂ ਜਿਹਨੇ ਕੁੱਲ ਪੌੜੀਆਂ ਹੈਗੀਆਂ 94 ਸੌਰੀ 54 ਪੌੜੀਆਂ ਤੇ ਇੱਕ ਦੋਹਾ ਨੈਕਸਟ ਦੇਖ ਲੈਨੇ ਬਾਹਰ ਨੂੰ ਕਿਹੜਾ ਕਾਬਰੂ ਮੰਨੇ ਜਾਂਦਾ ਬਾਰ ਨੂੰ ਬਾਰਮੁਖੀ ਕਵਤਾ ਕਿਹਾ ਜਾਂਦਾ ਹੈ ਬਾਰ ਦੇ ਪ੍ਰਮੁੱਖ ਤੱਤ ਮੰਗਲਾਚਰਨ ਹੁੰਦਾ ਇਸ ਦੇ ਵਿੱਚ ਸੰਘਰਸ਼ ਨਾਇਕ ਤੇ ਪ੍ਰਤੀਨਾਇਕ ਭੋਲੀ ਅਲੰਕਾਰ ਨਾਇਕ ਦੀ ਬਹਾਦਰੀ ਜਸ ਗਾਇਨ ਛੰਦ ਰਸ ਕਾਵਨ ਇਹ ਜਿਹੜੀਆਂ ਅਹਿਮ ਤੱਤ ਹੈਗੇ ਨੇ ਬਾਰ ਦੇ ਇਸ ਚੀਜ਼ ਨੂੰ ਨੋਟ ਰੱਖਣਾ ਕੁਚਨ ਇਸ ਤਰ੍ਹਾਂ ਬਣ ਜਾਂਦਾ ਹੈ ਹੇਠ ਲਿਖੇ ਅੰ ਵਿੱਚੋਂ ਕਿਹੜਾ ਬਾਰ ਦਾ ਤੱਤ ਨਹੀਂ ਮੰਨਿਆ ਜਾਂਦਾ ਠੀਕ ਹੈ ਇਸ ਤਰ੍ਹਾਂ ਗੱਤ ਨੂੰ ਵਰਤਨ ਮਾਰਸਦਾ ਸਾਨੂੰ ਪਤਾ ਹੋਣਾ ਹੈ ਕਿ ਮੰਗਲਾਚਰ ਹੈਗਾ ਸ਼ਿੰਗਾਰਸ਼ ਹੈਗਾ ਨਾਇਕ ਤੇ ਪ੍ਰਤੀਨਾਇਕ ਹੈਗਾ ਬੋਲੀ ਹੁੰਦੀ ਹੈ ਇਸ ਦੇ ਵਿੱਚ ਅਲੰਕਾਰ ਹੁੰਦਾ ਹੈ ਨਾਇਕਲੀ ਬਹਾਦਰੀ ਹੁੰਦੀ ਹੈ ਜਸ ਗਾਇਨ ਹੁੰਦਾ ਹੈ ਛੰਦ ਹੁੰਦਾ ਹੈ ਰਸ ਹੁੰਦਾ ਕਾਵਨਾਏ ਹੁੰਦਾ ਨੈਕਸਟ ਦੇਖ ਲੈਨੇ ਮੁਡਲੀਆਂ 12 ਦੀ ਰਚਨਾ ਕਿਸ ਨੇ ਕੀਤੀ ਮੁਡਲੀਆਂ 12 ਦੀ ਰਚਨਾ ਅਗਿਆਤ ਕਵੀਆਂ ਜਾਂ ਆਮ ਲੋਕਾਂ ਨੇ ਕੀਤੀ ਜਿੰਨਾ ਵਾਰੇ ਆਪਾਂ ਨੂੰ ਕੋਈ ਗਿਆਨੀ ਉਹ ਕਵੀਆਂ ਜਾਂ ਆਮ ਲੋਕਾਂ ਨੇ ਕੀਤੀ ਹੈਗੀ ਹੈ ਨੈਕਸਟ ਦੇਖ ਲੈਨੇ ਪੰਜਾਬੀ ਦੀਆਂ ਕੁਝ ਹੋਰ ਮਹੱਤਵਪੂਰਨ ਬੀਰਸੀ ਰਚਨਾਵਾਂ ਦੇ ਨਾਂ ਤੇ ਕਰਤਾ ਤਾਂ ਉਹ ਕਿਹੜੀਆਂ ਹੈਗੀਆਂ ਪਗਾਣੀ ਦੀ ਬਾਤ ਮੀਰ ਮੁਸ਼ਕੀ ਤੇ ਮੀਰ ਸ਼ਵੀਲਾ ਦੀ ਬਾਤ ਬਾੜ ਭੇੜੇ ਦੀ ਪਾਸ਼ਾਹੀ ਦਸਵੀਂ ਅਗਿਆਤ ਕਵੀ ਦੀ ਬਾਤ ਰਹੀ ਹੈ ਔਰ ਗੁਰੂ ਖਾਲਸੇ ਦੀ ਬਾਤ ਜਾਂ ਰਾਮਕਲੀ ਬਾਤ ਪਾਸ਼ਾਹੀ ਦਸਵੀਂ ਔਰ ਇਸਤਲਾਬਤ ਪੀਰਾਂ ਦੀ ਬਾਤ ਭਾਈ ਗੁਰਦਾਸ ਦੂਜਾ ਦੀ ਛੋਟੀ ਮਿਹਰਬਾਨ ਮੁਕਬਲ ਜੰਗਨਾਮਾ ਜੰਗਨਾਮਾ ਸਿੰਘ ਤੇ ਫਰੰਗੀਆਂ ਦਾ ਬਾਰ ਕਲਿਆਣ ਦੀ ਨਾਦਰ ਸ਼ਾਹੀ ਵਾਰ ਕਾਨ ਭਗਵਾਨ ਦੀ ਵਾਰ ਲਵ ਕੁਸ਼ ਦੀ ਵਾਰ ਹਕੀਕਤ ਰਾਏ ਦੀ ਵਾਰ ਚੱਠਿਆਂ ਦੀ ਵਾਰ ਪੀਰ ਮੁਹੰਮਦ ਦੀ ਵਾਰ ਅਗਰਾ ਜਸ਼ੋਦਾ ਨੰਦਨ ਤੇ ਦੇਵੀ ਦਾਸ ਤੇਜਪਾਲ ਨਜ਼ਾਵਤ ਖੁਸ਼ਾਲ ਚੰਦ ਸ਼ਾ ਮੁਹੰਮਦ ਮੁਕਵਲ ਠੀਕ ਹੈ ਇਹ ਜਿਹੜੀਆਂ ਕੁਝ ਹੋਰ 12 ਹੈਗੀਆਂ ਆ ਜੋ ਕੁਝ ਮੱਤਯਪੂਰਨ ਬੀਰਸੀ ਰਚਨਾਵਾ ਮੰਨੀਆਂ ਜਾ ਸਕਦੀਆਂ ਆਪਾਂ ਇਹ ਬੀਰਸੀ ਰਚਨਾਵਾ ਹੈਗੀਆਂ ਨੇ ਬੀਰਸ ਨੇ ਇਹ ਰਚਨਾਵਾ ਤੁਹਾਨੂੰ ਪਤੀ ਹੁੰਦੀਆਂ ਨੇ ਜਿਨ੍ਹਾਂ ਦੇ ਕਹਿ ਸਕਦੇ ਆਂ ਕ੍ਰੋਧਿਤ ਭਾਵ ਜਿਨ੍ਹਾਂ ਦੇ ਵਿੱਚ ਉਜਲ ਹੁੰਦੀ ਨੇ ਠੀਕ ਹੈ ਬੀਰਸੀ ਭਾਵ ਬਾਦ ਦੇ ਵਿੱਚ ਨੈਕਸਟ ਇਹ ਨੇ ਕੁੱਲ ਕਿੰਨੀਆਂ ਅਧਿਆਤਮਕ ਬਾਰਾਂ ਮਿਲਦੀਆਂ ਹਨ ਜੇਕਰ ਗੱਲ ਕੀਤੀ ਪੰਜਾਬੀ ਦੇ ਵਿੱਚ ਕੁੱਲ ਕਿੰਨੀਆਂ ਅਧਿਆਤਮਕ ਬਾਰਾਂ ਮਿਲਦੀ ਤਾਂ 61 ਟੋਟਲ ਜਿਹੜੀਆਂ ਅਧਿਆਤਮਕ ਬਾਰਾਂ ਆਪਾਂ ਨੂੰ ਮਿਲ ਜਾਂਦੀਆਂ ਨੇ ਔਰ ਅੱਜ ਦਾ ਲੈਕਚਰ ਇੱਥੇ ਹੀ ਸਮਾਪਤ ਕਰਾਂਗੇ ਨੈਕਸਟ ਲੈਕਚਰ ਜਲਦੀ ਲੈ ਕੇ ਮਿਲਾਂਗੇ ਔਰ 12 ਨਾਲ ਕੁਝ ਇੱਕ ਕਵੈਸਚਨ ਬਚੇ ਤਾਂ ਉਹ ਵੀ ਕਰਾਵਾਂਗੇ ਔਰ ਨੈਕਸਟ ਟੌਪ ਕੀ ਜਲਦੀ ਸ਼ੁਰੂ ਕਰਾਂਗੇ ਵੀਰ ਕਾ ਭਾਰਤ ਕਾ ਠੀਕ ਹੈ ਕਹਾਣੀਕਾਰ ਇਕਾਂਗੀਕਾਰ ਸਾਰੇ ਹੀ ਕਵੈਸਚਨ ਤੁਹਾਨੂੰ ਇੱਕ ਇੱਕ ਟੌਪ ਦੇ ਜਿਹੜੇ ਕਰਾ ਦਿੱਤੇ ਜਾਣਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਤਾਂ ਪਲੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਤਲਬ ਔਰ ਤੁਹਾਡਾ ਮੋਟੀਵੇਸ਼ਨ ਸਾਡੇ ਲਈ ਮੋਟੀਵੇਸ਼ਨ ਬਣਦਾ ਰਹਿੰਦਾ ਹੈ ਥੈਂਕ ਯੂ ਸੋ ਮਚ ਟੇਕ ਕੇਅਰ ਬਾਏ